ਸ਼ੁਕਰੇ ਮੁਕਸਰ ਜਿਹੇ ਟਾਈਮ ਵਾਸਤੇ ਮਕਤਬ ਦਾ ਇਹ ਇਸ਼ਕਾ ਦਸਤੂਰ ਦੀ ਨਾਲਾ ਦੇਖਾ ਜਿਸਨੇ ਸਬਕ ਯਾਦ ਕੀਆ ਉਸੇ ਛੁੱਟੀ ਨਾ ਮਿਲ ਗਈ ਇੰਨਾ ਕਿ ਵੀ ਟਾਈਮ ਮਿਲ ਗਿਆ ਯਾਰ ਅੱਲਾ ਪਾਕ ਤੇਰਾ ਲੱਖ ਲੱਖ ਸ਼ੁਕਰੇ ਜਿੰਨੇ ਬਜ਼ੁਰਗਾਂ ਨੇ ਦੀਨ ਸਾਰੀ ਸਹੀ ਰਾਤ ਇਬਾਦਤ ਕਰਕੇ ਜਿਹਨੇ ਰੋਂਦੇ ਰਹਿਣਾ ਪਤਾ ਨਹੀਂ ਕਬੂਲ ਹੋਈ ਕਿ ਨਹੀਂ ਹੋਈ ਤਕਵੇ ਦਾ ਇਹ ਆਲਮ ਯਾਰ ਅੱਲਾ ਪਾਕ ਤੇਰਾ ਲੱਖ ਲੱਖ ਸ਼ੁਕਰੇ ਸਲਾਮਤ ਸਾਹਿਬ ਦੀ ਇਸ ਟਾਈਮ ਕੰਡੀਸ਼ਨ ਹੈ ਅੱਲਾਹ ਨੇ ਆਪਣੇ ਮਹਿਬੂਬ ਨੂੰ ਤਾਕਤ ਅਦਾ ਕਰ ਦਿੱਤੀ ਉਹ ਖਜ਼ਾਨੇ ਦੀਆਂ ਚਾਬੀਆਂ ਅਦਾ ਕਰ ਦਿੱਤੀਆਂ ਉਹਦੇ ਮਹਿਬੂਬ ਨੂੰ ਮਨਾ ਲਓ ਜਾਂ ਰੱਬ ਨੂੰ ਮਨਾ ਲਓ ਅੱਲਾਹ ਨੇ ਫਰਮਾ ਦਿੱਤਾ ਹੈ ਕਿ ਮੇਰਾ ਮਹਿਬੂਬ ਮੈਂ ਤੈਨੂੰ ਉਹ ਸ਼ਾਨਾਂ ਅਦਾ ਕਰ ਦਿੱਤੀਆਂ ਆਪਣੇ ਤੇ ਤੇਰੇ 'ਚ ਫਰਕ ਹੀ ਕੋਈ ਨਹੀਂ ਰੱਖਿਆ ਉਹ ਸ਼ਾਨਾਂ ਅਦਾ ਕਰਦੀਆਂ ਫਿਰ ਅੱਲਾਹ ਨੇ ਫਰਮਾਇਆ ਅੱਗੇ ਕਿ ਮੇਰੇ ਮਹਿਬੂਬ ਨੂੰ ਆਮ ਨਹੀਂ ਸਮਝਣਾ ਅਤੇ ਅੱਲਾਹ ਨੇ ਉਹ ਪੂਰੀ ਦੁਨੀਆ ਪੂਰੀ ਕਾਇਨਾਤ ਜਿਸ ਤਰ੍ਹਾਂ ਉਮੁਲ ਕਿਤਾਬ ਕੁਰਾਨ ਪਾਕ ਨੂੰ ਫਰਮਾਇਆ ਗਿਆ ਕਿ ਉਮੁਲ ਕਿਤਾਬ ਦੀ ਜਿਹੜੀ ਉਮ ਹੈ ਉਹ ਸੂਰਹ ਫਾਤਿਹਾ ਹੈ ਸੂਰਹ ਫਾਤਿਹਾ ਦੇ ਅੰਦਰ ਪੂਰੇ ਕੁਰਾਨ ਪਾਕ ਦੇ ਅਲੂਮ ਜਿਹੜੇ ਨੇ ਉਹ ਸੂਰਹ ਫਾਤਿਹਾ ਦੇ ਅੰਦਰ ਦੇ ਦਿੱਤੇ ਗਏ ਸੂਰਹ ਫਾਤਿਹਾ ਨੂੰ ਕੁਰਾਨ ਪਾਕ ਦੀ ਉਮ ਕਿਹਾ ਗਿਆ ਹੈ ਅਤੇ ਜਿਸ ਤਰ੍ਹਾਂ ਸੂਰਹ ਫਾਤਿਹਾ ਨੂੰ ਕੁਰਾਨ ਪਾਕ ਦੀ ਉਮ ਕਿਹਾ ਗਿਆ ਹੈ ਅਤੇ ਅੱਲਾਹ ਨੇ ਫਰਮਾਇਆ ਕਿ ਮੇਰਾ ਮਹਿਬੂਬ ਮੈਂ ਕੁੱਲ ਕਾਇਨਾਤ ਦੀਆਂ ਚਾਬੀਆਂ ਤੈਨੂੰ ਦਿੱਤੀਆਂ ਗਈਆਂ ਨੇ ਇਸੇ ਤਰ੍ਹਾਂ ਉਮੀ ਆਪ ਨੂੰ ਉਮੀ ਕਿਹਾ ਗਿਆ ਜੀ ਅਤੇ ਮੱਕਾ ਅੱਲਾਹ ਪਾਕ ਨੇ ਦੇਖੋ ਕੁਰਾ ਯਾਰ ਪੂਰੀ ਦੁਨੀਆ ਦਾ ਇਬਤਦਾ ਮੱਕੇ ਤੋਂ ਹੋਈ ਅਤੇ ਉਮੁਲ ਕੁਰਾ ਮੱਕੇ ਨੂੰ ਕਿਹਾ ਗਿਆ ਜੀ ਅੱਲਾਹ ਪਾਕ ਦੇ ਫਜ਼ਲ ਦੇ ਨਾਲ